ਮਾਵਾਂ ਪੁੱਤ ਸਿਉਣੇ ਵਰਗੇ ਤੋੜ ਕੇ ਹਾਏ ਬਾਬਾ ਜੀ ਦੇ ਦੋ ਪੁੱਤ ਮਾਵਾਂ ਨੂੰ ਮੋੜ। ਹਾਂਜੀ ਦੋਸਤੋ, ਇਸ ਵੀਡੀਓ ਦਾ ਅਸਲ ਸੱਚ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼। ਜਦੋਂ ਬਿਨਾਂ ਦੱਸੇ ਧੀ 7 ਸਾਲਾਂ ਬਾਅਦ ਆਈ ਆਪਣੇ ਘਰ, ਤਾਂ ਜਦੋਂ ਮਾਂ ਨੇ ਦੇਖਿਆ ਤਾਂ ਮਾਂ ਦੀਆਂ ਪੈਰਾਂ ਥੱਲੋਂ ਨਿਕਲ ਗਈ ਜ਼ਮੀਨ। ਇਹ ਵੀਡੀਓ ਦੋਸਤੋ ਮਾਲਵੇ ਵੱਲ ਦੀ ਦੱਸੀ ਜਾ ਰਹੀ ਹੈ, ਜਿੱਥੇ ਇੱਕ ਧੀ 7 ਸਾਲ ਪਹਿਲਾਂ ਵਿਦੇਸ਼ ਪੜ੍ਹਾਈ ਕਰਨ ਦੇ ਲਈ ਚਲੀ ਗਈ ਸੀ, ਜਿੱਥੇ ਕਿ ਹੁਣ 7 ਸਾਲਾਂ ਬਾਅਦ ਜਦੋਂ ਘਰ ਆਈ, ਮਾਂ ਦੀ ਅੱਖਾਂ ਵਿੱਚੋਂ ਨਹੀਂ ਰੁਕੇ ਹੰਝੂ ਤੇ ਮਾਵਾਂ ਧੀਆਂ ਦੋਨੇ ਗੱਲ ਲੱਗ ਰੋਈਆਂ। ਅਕਸਰ ਦੋਸਤੋ ਦੇਖਿਆ ਜਾਂਦਾ ਸੀ, ਪੁਰਾਣੇ ਸਮਿਆਂ ਵਿੱਚ ਕੋਈ ਘਰ ਦਾ ਇੱਕ ਮੈਂਬਰ ਹੀ ਘਰ ਦੀ ਆਰਥਿਕ ਮਜ਼ਬੂਰੀ ਤੋਂ ਤੰਗ ਆ ਕੇ ਵਿਦੇਸ਼ ਜਾਂਦਾ ਸੀ, ਪਰ ਅੱਜ ਦੀ ਜਨਰੇਸ਼ਨ ਦਾ ਟ੍ਰੈਂਡ ਹੀ ਬਣ ਗਿਆ ਵਿਦੇਸ਼ ਜਾਣਾ। ਧੰਨ ਜਿਗਰਾ ਉਹਨਾਂ ਮਾਵਾਂ ਦੇ ਜਿਨ੍ਹਾਂ ਦੇ ਪੁੱਤ ਉਹਨਾਂ ਦੀਆਂ ਅੱਖਾਂ ਤੋਂ ਓਹਲੇ ਵਿਦੇਸ਼ ਪੜ੍ਹਾਈ ਕਰਨ ਦੇ ਲਈ ਜਾਂਦੇ ਹਨ। ਵਿਦੇਸ਼ਾਂ ਵਿੱਚ ਕਈ ਸਾਲਾਂ ਤੋਂ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਸਾਡਾ ਚੈਨਲ ਇਸ ਗੱਲ ਦੀ ਅਪੀਲ ਵੀ ਕਰਦਾ ਕਿ ਤੁਸੀਂ ਆਪਣੇ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਨੂੰ ਨਾ ਭੁੱਲਿਓ ਕਦੇ। ਦੂਜੇ ਪਾਸੇ ਦੋਸਤੋ, ਪੰਜਾਬ ਦੇ ਭੋਲੇ ਭਾਲੇ ਲੋਕਾਂ ਨਾਲ ਆਈ ਲੜਸ ਨੂੰ ਲੈ ਕੇ ਬੇਹੱਦ ਠੱਗੀਆਂ ਹੋ ਰਹੀਆਂ ਨੇ, ਜਿੱਥੇ ਕਿ ਪੰਜਾਬ ਦੀਆਂ ਕੁੜੀਆਂ ਵਿਦੇਸ਼ ਜਾ ਕੇ ਆਪਣੇ ਘਰ ਵਾਲੇ ਨੂੰ ਕੋਰਾ ਜਵਾਬ ਦੇ ਦਿੰਦੀਆਂ ਹਨ, ਜਿੱਥੇ ਕਿ ਮੁੰਡੇ ਦਾ ਪਰਿਵਾਰ ਜ਼ਮੀਨ ਵੇਚ ਕੇ ਕੁੜੀ ਨੂੰ ਬਾਹਰ ਭੇਜਦਾ। ਸਾਡੀ ਇਹ ਵੀ ਅਪੀਲ ਹੈ ਕਿ ਪੰਜਾਬ ਦੀਆਂ ਕੁੜੀਆਂ ਇਹੋ ਜਿਹੀਆਂ ਹਰਕਤਾਂ ਨਾ ਕਰਨ।